ਦੇਖੋ ਇਹਦਾ ਤਾਂ ਅੱਜ ਦੇ 'ਚ ਮੇਰਾ ਇਸ 'ਤੇ ਕਮੈਂਟ ਕਰਨਾ ਪੋਸੀਬਲ ਨਹੀਂ ਹੈ, ਕਿਉਂਕਿ ਇਹ ਫੈਸਲਾ ਤਾਂ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਕਰਨਾ ਹੈ। ਪਰ ਇੱਕ ਗੱਲ ਜ਼ਰੂਰ ਹੈ ਵੀ ਉਹਨਾਂ ਦੀ ਜੋ ਰਾਜਨੀਤੀ ਹੈ, ਜਿਸ ਤਰ੍ਹਾਂ ਦਾ ਉਹਨਾਂ ਦਾ ਅਕਸ ਹੈ, ਉਸ ਤੋਂ ਪੰਜਾਬ ਦੇ ਲੋਕ ਜ਼ਰੂਰ ਪ੍ਰਭਾਵਿਤ ਨੇ ਅਤੇ ਚਾਹੁੰਦੇ ਨੇ ਵੀ ਨਵਜੋਤ ਸਿੰਘ ਸਿੱਧੂ ਜਿਹੜਾ ਹੈ ਕੋਈ ਫੈਸਲਾ ਲੈ ਕੇ ਪੰਜਾਬ ਦੇ ਵਿੱਚ ਕੋਈ ਚੰਗੀ ਜਿਹੀ ਇੱਕ ਆਲਟਰਨੇਟਿਵ ਦਾ ਹਿੱਸਾ ਬਣ। ਦੇਖੋ ਪਿਛਲੇ 25-30 ਸਾਲਾਂ ਤੋਂ ਪੰਜਾਬ ਦੇ ਵਿੱਚ ਸਿਰਫ ਦੋ ਪਰਿਵਾਰਾਂ ਦੀ ਚੱਲਦੀ ਹੈ, ਇੱਕ ਕੈਪਟਨ ਅਮਰਿੰਦਰ ਸਿੰਘ ਦੀ ਅਤੇ ਇੱਕ ਬਾਦਲ ਪਰਿਵਾਰ ਦੀ। ਉਸ ਤੋਂ ਬਿਨਾਂ ਪੰਜਾਬ ਦੇ ਵਿੱਚ ਕਿਸੇ ਵਿਅਕਤੀ ਕੋਈ ਨਹੀਂ ਕਹਿ ਸਕਦਾ ਮੇਰੀ ਰੱਤੀ ਭਰ ਵੀ ਚੱਲਦੀ ਹੈ। ਸੋ ਦੋਨੇ ਇਕੱਠੇ ਰਲੇ ਹੋਏ ਨੇ ਅਤੇ ਇਹ ਸਾਰਾ ਕੁਛ ਜੋ ਪਹਿਲਾਂ ਚੱਲ ਰਿਹਾ ਸੀ ਹੁਣ ਵੀ ਚੱਲ ਰਿਹਾ ਅਤੇ ਇਸੇ ਤਰ੍ਹਾਂ ਇਹ ਚੱਲਦਾ ਰਹਿਣਾ। ਇਕੱਠ ਤਾਂ ਇਤਿਹਾਸਿਕ ਹੋਏਗੀ ਰੈਲੀ ਹਰ ਪੱਖ ਤੋਂ, ਇਕੱਠ ਪੱਖੋਂ ਵੀ, ਅਤੇ ਜੋ ਅਸੀਂ ਉੱਥੇ ਜੋ ਸਾਡਾ ਏਜੰਡਾ ਹੈ ਜੋ ਅਸੀਂ ਲੈ ਕੇ ਜਾ ਰਹੇ ਉਹ ਵੀ ਇਤਿਹਾਸਿਕ ਹੋਏਗਾ। ਇੱਕ ਜਿਹੜੀ ਸੂਬੇ ਦੀ ਰਾਜਨੀਤੀ ਨੂੰ ਜਿਹੜੀ ਇੱਕ ਨਵਾਂ ਦਿਸ਼ਾ ਦੇਣ ਵਾਲੀ ਇਹ ਰੈਲੀ ਹੋਈ। ਇਹ ਅਸੀਂ ਤਾਂ ਸਾਰੇ ਨਾਲ ਰਲ ਕੇ ਚੱਲਣ ਨੂੰ, ਦੇਖੋ ਪੰਜਾਬ ਦੇ ਭਲੇ ਦੇ ਵਾਸਤੇ ਅਸੀਂ ਕੁਛ ਵੀ ਕਰਨ ਨੂੰ ਤਿਆਰ ਹਾਂ। ਪੰਜਾਬ ਦਾ ਅਤੇ ਪੰਥਕ ਜਿਹੜੇ ਹਿੱਤ ਨੇ, ਇਹ ਦੋਨੇ ਹਿੱਤ ਜਿਹੜੇ ਨੇ ਇਹ ਜੇ ਕਵਰ ਹੁੰਦੇ ਨੇ ਤਾਂ ਅਸੀਂ ਕਿਸੇ ਨਾਲ ਵੀ, ਕਿਸੇ ਦੇ ਨਾਲ ਲੱਗ ਕੇ, ਕਿਸੇ ਦੇ ਥੱਲੇ ਵੀ ਲੱਗ ਕੇ ਅਸੀਂ ਚੱਲਣ ਨੂੰ ਤਿਆਰ ਹਾਂ। ਸਾਨੂੰ ਕੋਈ ਇਸ ਤਰੀਕੇ ਦੀ ਨਹੀਂ ਹੈ, ਸਾਨੂੰ ਇਹੀ ਹੈ ਵੀ ਆਉਣ ਵਾਲੇ ਸਮੇਂ 'ਚ ਪੰਜਾਬ ਦਾ ਭਲਾ ਹੋਣਾ ਚਾਹੀਦਾ। ਦੇਖੋ ਮੇਰਾ ਮੰਨਣਾ ਇਹ ਹੈ ਵੀ ਜੋ ਆਮ ਆਦਮੀ ਪਾਰਟੀ ਦੀ ਜਿੱਤ ਹੈ ਉਹ ਦਿੱਲੀ ਦੇ ਵਿੱਚ ਉਹਨਾਂ ਨੇ ਜੋ ਕੰਮ ਕੀਤਾ ਉਸ ਆਧਾਰ 'ਤੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ, ਪਰ ਉਹਨੂੰ ਪੰਜਾਬ ਨਾਲ ਮੈਂ ਸਮਝਦਾ ਐਡਾ ਜਿਹੜਾ ਉਹਨੂੰ ਦੇਖ ਕੇ ਨਹੀਂ, ਪੰਜਾਬ ਦੇ ਅਤੇ ਦਿੱਲੀ ਦੇ ਹਾਲਾਤਾਂ ਦੇ ਵਿੱਚ ਬਹੁਤ ਵੱਡਾ ਅੰਤਰ ਹੈ। ਕੇਜਰੀਵਾਲ ਖੁਦ ਦਿੱਲੀ ਵਾਸਤੇ ਇੱਕ ਚੰਗੇ ਸਾਬਤ ਹੋ ਸਕਦੇ ਨੇ, ਪਰ ਜ਼ਰੂਰੀ ਨਹੀਂ ਵੀ ਉਹ ਪੰਜਾਬ ਵਾਸਤੇ ਵੀ ਚੰਗੇ ਸਾਬਤ ਹੋਣ। ਅਤੇ ਪੰਜਾਬ ਦੀ ਵਿੱਚ ਇੰਨੀ ਸਮਰੱਥਾ ਪੰਜਾਬ ਦੀ ਹੈਗੀ ਹੈ ਕਿ ਪੰਜਾਬ ਦਾ ਕੋਈ ਆਗੂ, ਪੰਜਾਬ ਦਾ ਜੰਪਲ ਪੰਜਾਬ ਦੀ ਚੰਗੀ ਅਗਵਾਈ ਕਰ ਸਕੇ। ਸੋ ਸਾਨੂੰ ਦਿੱਲੀ ਵੱਲ ਝਾਕਣ ਦੀ ਲੋੜ ਨਹੀਂ, ਸਾਨੂੰ ਖੁਦ ਆਪਦੇ ਸੂਬੇ ਦੇ ਵਿੱਚੋਂ ਕੋਈ ਚੰਗੀ ਜਿਹੜੀ ਅਗਵਾਈ ਹੈ ਉਹ ਨਿਕਲ ਸਕਦੀ ਹੈ ਅਤੇ ਉਹ ਕੱਢਣ ਦੀ ਜਿਹੜੀ ਹੈ ਯਤਨ ਕਰਨਾ ਚਾਹੀਦਾ। ਹੁਣ ਤੁਹਾਡੀ 10ਵੀਂ ਅਤੇ 12ਵੀਂ ਤੋਂ ਬਾਅਦ ਨੌਕਰੀ ਦੀ ਚਿੰਤਾ ਖਤਮ। ਗਲੋਬਲ ਅਚੀਵਰਸ ਅਵਾਰਡ ਨਾਲ ਸਨਮਾਨਿਤ ਪਟਿਆਲਾ ਦੀ ਸਵੈ ਰੋਜ਼ਗਾਰ ਪ੍ਰਦਾਨ ਕਰਵਾਉਣ ਵਾਲੀ ਪਹਿਲੀ ਅਤੇ ਸਭ ਤੋਂ ਪੁਰਾਣੀ ਸੰਸਥਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ISO ਪ੍ਰਮਾਣਿਤ ਪੰਜਾਬ ਦਾ ਨੰਬਰ 1 ਇੰਸਟੀਚਿਊਟ। ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਮੇਨ ਰੋਡ ਫੈਕਟਰੀ ਏਰੀਆ ਨੀਅਰ ਸ਼ਿਵ ਮੰਦਿਰ ਪਟਿਆਲਾ, ਪੰਜਾਬ।